ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਬਾਰੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਦਿੱਤਾ ਸੰਦੇਸ਼, ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ, ਕਿਹਾ ਐਮਰਜੈਂਸੀ ਫਿਲਮ ਦੇ ਖਿਲਾਫ ਬੈਨ ਲਾਉਣ ਦੀ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਮੰਗ। ਸ੍ਰੀ ਅਕਾਲ ਤਖਤ ਸਾਹਿਬ ਤੇ ਸੁੱਚਾ ਸਿੰਘ ਲੰਗਾਹ ਤੇ ਮਨਪ੍ਰੀਤ ਬਾਦਲ ਨੇ ਸੌਂਪਿਆ ਸਪਸ਼ਟੀਕਰਨ। ਸ੍ਰੀ ਮੁਕਤਸਰ ਸਾਹਿਬ ਚ ਲੁੱਟ ਦੀ ਨੀਅਤ ਨਾਲ ਪਿਓ ਪੁੱਤ ਤੇ ਹਮਲਾ, ਹਮਲੇ ਚ ਪਿਤਾ ਦੀ ਮੌਤ, ਪੁੱਤ ਜ਼ਖਮੀ, ਘਰੋਂ ਦਵਾਈ ਲੈਣ ਜਾ ਰਹੇ ਸੀ ਦੋਵੇਂ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਪੰਜਾਬੀਅਤ ਅਤੇ ਸਿੱਖ ਪੰਥ ਲਈ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵੀ ਸਿੱਖਾਂ ਖਿਲਾਫ਼ ਸਿਰਜੇ ਜਾ ਰਹੇ ਬਿਰਤਾਂਤ ਦਾ ਨਤੀਜਾ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਪੂਰਨ ਰੂਪ ਵਿੱਚ ਬੈਨ ਕੀਤਾ ਜਾਏ। ਉੱਧਰ ਗਣਪਤੀ ਵਿਸਰਜਨ ਮੌਕੇ ਦੇਸ਼ ਦੇ ਇੱਕ ਸੂਬੇ ਸ੍ਰੀ ਹਰਿਮੰਦਰ ਸਾਹਿਬ ਦੇ ਬਣਾਏ ਗਏ ਮਾਡਲ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰ ਧਰਮ ਦੇ ਰੀਤੀ ਰਿਵਾਜ਼ ਵੱਖਰੇ ਨੇ, ਇਸ ਲਈ ਦੂਜੇ ਧਰਮ ਦੀਆਂ ਸੰਸਥਾਵਾਂ ਅਤੇ ਰੀਤੀ ਰਿਵਾਜ਼ਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ। ਦੇਖੋ, ਹਰ ਧਰਮ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ, ਮਰਿਆਦਾਵਾਂ ਹੁੰਦੀਆਂ, ਸਿਧਾਂਤ ਹੁੰਦੇ ਆ। ਕਿਸੇ ਚੀਜ਼ ਨੂੰ ਕੋਈ ਧਰਮ ਅਲਾਓ ਕਰਦਾ ਹੈ, ਲੇਕਿਨ ਕਿਸੇ ਧਰਮ ਦਾ ਕੋਈ ਜਿਹੜੀ ਚੀਜ਼ ਹੈ ਉਹ ਉਹਨੂੰ ਅਲਾਓ ਨਹੀਂ ਕਰਦਾ। ਸਿੱਖ ਧਰਮ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰਵੋਪਰੀ ਸਰਵਉੱਚ ਸਥਾਨ ਹੈ, ਔਰ ਅਸੀਂ ਇਹਦੇ ਪੈਰਲਲ ਕੋਈ ਬਨਾਵਟੀ ਮਾਡਲ ਜਿਹੜਾ ਹੈ ਉਹ ਪ੍ਰਵਾਨ ਨਹੀਂ ਕਰਦੇ। ਇਹ ਸਾਡੀਆਂ ਪਰੰਪਰਾਵਾਂ ਦਾ ਹਿੱਸਾ ਹੈ, ਔਰ ਜਿਵੇਂ ਬਾਕੀ ਧਰਮਾਂ ਦੇ ਲੋਕਾਂ ਨੂੰ ਆਪਣੀਆਂ ਪਰੰਪਰਾਵਾਂ ਪਿਆਰੀਆਂ ਨੇ, ਸਿਧਾਂਤ ਪਿਆਰੇ ਹੈ, ਮਰਿਆਦਾਵਾਂ ਪਿਆਰੀਆਂ, ਉਵੇਂ ਸਾਨੂੰ ਵੀ ਆਪਣੇ ਸਿਧਾਂਤ ਪਰੰਪਰਾਵਾਂ ਮਰਿਆਦਾਵਾਂ ਪਿਆਰੀਆਂ ਨੇ, ਔਰ ਹਰ ਇੱਕ ਨੂੰ ਹੀ ਇੱਕ ਦੂਸਰੇ ਦੇ ਧਰਮ ਦੀਆਂ ਪਰੰਪਰਾਵਾਂ ਮਰਿਆਦਾਵਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਤਾਂ ਮੈਂ ਸਮਝਦਾ ਕਿ ਜਿਹੜੇ ਪ੍ਰਬੰਧਕ ਹੈ ਉਹਨਾਂ ਨੂੰ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਦਾ ਸਨਮਾਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਜਿਹੜਾ ਹੈ ਉਹਨਾਂ ਹੀ ਬਣਾਉਣਾ ਚਾਹੀਦਾ, ਕਿਉਂਕਿ ਸਾਡੀਆਂ ਪਰੰਪਰਾਵਾਂ ਇਹਦੀ ਇਜਾਜ਼ਤ ਨਹੀਂ ਦਿੰਦੀਆਂ। ਮੈਂ ਪਹਿਲਾਂ ਹੀ ਜਿਹੜੀ ਹੈ ਸਿੱਖਾਂ ਖਿਲਾਫ਼ ਬਿਰਤਾਂਤ ਸਿਰਜਣ ਦੀ ਜਿਹੜੀ ਗੱਲ ਕਹੀ ਹੈ, ਔਰ ਜਿਹੜਾ ਇਹ ਫਿਲਮ ਦਾ ਟੇਲਰ ਆਇਆ ਜਾਂ ਟੀਜ਼ਰ ਆਇਆ ਉਹ ਵੀ ਜਿਹੜਾ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਉਹ ਸਾਨੂੰ ਮਹਿਸੂਸ ਕਰਵਾ ਰਿਹਾ ਕਿ ਇਸ ਫਿਲਮ ਦੇ ਰਾਹੀਂ ਵੀ ਸਿੱਖਾਂ ਦੇ ਖਿਲਾਫ਼ ਇੱਕ ਖਾਸ ਤੌਰ ਦੇ ਉੱਤੇ ਗਲਤ ਬਿਰਤਾਂਤ ਜਿਹੜਾ ਹੈ ਉਹ ਪੇਸ਼ ਕੀਤਾ ਗਿਆ, ਔਰ ਇਸ ਫਿਲਮ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ, ਕਿਉਂਕਿ ਕਿਸੇ ਨੂੰ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਕਿਸੇ ਨਾ ਕਿਸੇ ਪੂਰੀ ਦੀ ਪੂਰੀ ਕੌਮ ਨੂੰ ਜਿਹੜਾ ਹੈ ਉਹ ਟਾਰਗੇਟ ਕਰੇ ਔਰ ਉਹਦੇ ਖਿਲਾਫ਼ ਜਿਹੜਾ ਇੱਕ ਖਾਸ ਤੌਰ ਦੇ ਉੱਤੇ ਗਲਤ ਨੈਰੇਟਿਵ ਜਿਹੜਾ ਸਿਰਜੇ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚੇ। ਇਸ ਤੋਂ ਬਾਅਦ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਉਹਨਾਂ ਕਿਹਾ ਕਿ ਉਹ 2007 ਤੋਂ ਲੈ ਕੇ 2017 ਤੱਕ ਵਜ਼ੀਰ ਰਿਹਾ, ਉਹ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚੇ ਨੇ। ਉਹਨਾਂ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਵੇਗਾ ਉਸਨੂੰ ਸਿਰ ਮੱਥੇ ਪ੍ਰਵਾਨ ਕਰਨਗੇ। ਇਸ ਦੇ ਨਾਲ ਹੀ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵੀ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚੇ। ਰੱਬ ਤੋਂ ਬਾਅਦ ਜਿਹੜੇ ਅਕਾਲ ਤਖ਼ਤ ਦਾ ਹੁਕਮ ਹੈ, ਇਹ ਸਾਨੂੰ ਰੱਬ ਦਾ ਹੁਕਮ ਹੈ, ਉਹਦਾ ਸਪਸ਼ਟੀਕਰਨ ਦੇਣ ਵਾਸਤੇ ਆਏ ਸੀ, ਉਹ ਮੈਂ ਦੇਤਾ ਵਾ। ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ। ਅੱਜ ਹੋਰ ਤਾਂ ਇਦੋਂ ਵੱਧ ਕਹਿਣ ਦੀ ਕੋਈ
ਲੋੜ ਹੀ ਨੀਗੀ, ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ। ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਮਰਾੜ ਕਲਾਂ 'ਚ ਮੰਦਭਾਗੀ ਘਟਨਾ ਵਾਪਰੀ, ਜਿੱਥੇ ਲੁੱਟ ਦੀ ਨੀਅਤ ਨਾਲ ਅਣਪਛਾਤਿਆਂ ਨੇ ਘਰੋਂ ਦਵਾਈ ਲੈਣ ਜਾ ਰਹੇ ਪਿਓ ਪੁੱਤ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਪੁੱਤ ਗੰਭੀਰ ਜ਼ਖਮੀ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਲੁੱਟ ਖੋਹ ਦੀ ਨੀਅਤ ਨਾਲ ਇਹ ਹਮਲਾ ਹੋਇਆ। ਲਖਵੀਰ ਸਿੰਘ ਅਤੇ ਉਸਦਾ ਬੱਚਾ ਪਿਆਰਜੀਤ ਸਿੰਘ ਪਿੰਡ ਬਾਜਾ ਮਰਾੜ ਨਾਲ ਸੰਬੰਧਿਤ ਬਠਿੰਡਾ ਵਿਖੇ ਦਵਾਈ ਲੈਣ ਚੱਲੇ ਸਨ। ਪਿੰਡ ਮਰਾੜ ਤੋਂ ਖਾਰਾ ਲਿੰਕ ਸੜਕ 'ਤੇ ਉਹਨਾਂ ਨਾਲ ਲੁੱਟ ਦੀ ਵਾਰਦਾਤ ਹੋਈ, ਜਿਸ ਵਿੱਚ ਬਾਜਾ ਮਰਾੜ ਵਾਸੀ ਲਖਵੀਰ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟਾਂਡਾ ਉੜਮੁੜ ਦੇ ਅੱਡਾ ਖਡਿਆਲਾ ਸੈਣੀਆ ਨਜ਼ਦੀਕ ਹੋਏ ਸੜਕ ਹਾਦਸੇ 'ਚ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਮਮਤਾ ਵਾਸੀ ਪਿੰਡ ਮਿਰਜ਼ਾਪੁਰ ਖਡਿਆਲਾ ਵਜੋਂ ਹੋਈ ਹੈ। ਅੱਡਾ ਜੋ ਸੱਡਾ ਸਰਾਂ ਦੇ ਵਿੱਚ ਕੱਪੜਿਆਂ ਦੀ ਦੁਕਾਨ ਚਲਾਉਂਦੀ ਸੀ, ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਦੁਕਾਨ ਦਾ ਕੋਈ ਸਮਾਨ ਲੈਣ ਲਈ ਹੁਸ਼ਿਆਰਪੁਰ ਆਪਣੀ ਸਕੂਟੀ 'ਤੇ ਜਾ ਰਹੀ ਸੀ, ਤਾਂ ਪਿੱਛੋਂ ਕਾਰ ਦੀ ਟੱਕਰ ਵੱਜਣ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਔਰਤ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪਿੱਛੇ ਪਰਿਵਾਰ 'ਚ ਹੁਣ ਦੋ ਲੜਕੀਆਂ ਅਤੇ ਇੱਕ ਲੜਕਾ ਫਿਲਹਾਲ ਮੌਕੇ 'ਤੇ ਪਹੁੰਚੀ। ਪੁਲਿਸ ਵੱਲੋਂ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਸ਼੍ਰੀ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਵਿੱਚ ਤੜਕਸਾਰ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਇੱਕ ਸਿਲੰਡਰਾਂ ਦੇ ਨਾਲ ਭਰਿਆ ਟਰੱਕ ਪਲਟ ਗਿਆ। ਟਰੱਕ ਪਲਟਣ ਤੋਂ ਬਾਅਦ ਕਈ ਸਿਲੰਡਰਾਂ ਨੂੰ ਵੀ ਅੱਗ ਪਈ ਹੈ। ਮੌਕੇ 'ਤੇ ਰਾਹਗੀਰਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ, ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਕਿ ਟਰੱਕ ਦਾ ਚਾਲਕ ਟਰੱਕ ਵਿੱਚ ਹੀ ਫਸ ਗਿਆ ਸੀ, ਜਿਸ ਨੂੰ ਕਰੀਬਨ 1 ਘੰਟੇ ਦੀ ਕੜੀ ਮੁਸ਼ਕਤ ਤੋਂ ਬਾਅਦ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਅਤੇ ਮੌਕੇ 'ਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਵੀ ਪਹੁੰਚੇ, ਜਿਨ੍ਹਾਂ ਵੱਲੋਂ ਡਰਾਈਵਰ ਨੂੰ ਫਸਟ ਏਡ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ। ਡਰਾਈਵਰ ਦੇ ਦੱਸਣ ਮੁਤਾਬਿਕ ਉਹ ਦਿੱਲੀ ਤੋਂ ਆ ਰਿਹਾ ਸੀ ਅਤੇ ਨੰਗਲ ਵੱਲ ਨੂੰ ਜਾ ਰਿਹਾ ਸੀ ਅਤੇ ਉਹ ਆਕਸੀਜਨ ਦੇ ਖਾਲੀ ਸਿਲੰਡਰ ਲੈ ਕੇ ਜਾ ਰਿਹਾ ਸੀ ਅਤੇ ਉਸਨੇ ਨੰਗਲ ਤੋਂ ਗੈਸ ਭਰਾਉਣੀ ਸੀ, ਪਰੰਤੂ ਕੀਰਤਪੁਰ ਸਾਹਿਬ ਦੇ ਕੋਲ ਉਸਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਉਸਦੇ ਦੱਸਣ ਮੁਤਾਬਿਕ ਸਿਲੰਡਰਾਂ ਵਿੱਚ ਥੋੜ੍ਹੀ ਬਹੁਤ ਗੈਸ ਸੀ, ਜਿਸ ਕਾਰਨ ਇਹਨਾਂ ਸਿਲੰਡਰਾਂ ਨੂੰ ਅੱਗ ਵੀ ਪਈ, ਪਰੰਤੂ ਰਾਹਤ ਦੀ ਗੱਲ ਇਹ ਰਹੀ ਕਿ ਬਹੁਤੇ ਸਿਲੰਡਰ ਖਾਲੀ ਸਨ ਅਤੇ ਅੱਗ ਜ਼ਿਆਦਾ ਨਹੀਂ ਲੱਗੀ। ਬਾਲ ਭਲਾਈ ਕਮੇਟੀ ਨੂੰ ਲਾਵਾਰਿਸ ਹਾਲਤ ਵਿੱਚ ਦੋ ਬੱਚੀਆਂ ਸਰਹੰਦ ਮੰਡੀ ਸ਼ਮਸ਼ਾਨ ਘਾਟ ਦੇ ਨੇੜੇ ਮਿਲੀਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗਗਨਦੀਪ ਸਿੰਘ ਗੁਰਾਏ ਨੇ ਦੱਸਿਆ ਕਿ ਸਰਹੰਦ ਰੇਲਵੇ ਲਾਈਨ ਦੇ ਨੇੜੇ ਗਊਸ਼ਾਲਾ ਕੋਲ ਦੋ ਬੱਚੀਆਂ, ਜਿਨ੍ਹਾਂ ਵਿੱਚ 6 ਸਾਲ ਦੀ ਲੜਕੀ ਲਕਸ਼ਮੀ ਅਤੇ 4 ਸਾਲ ਦੀ ਬੱਚੀ ਰਾਣੀ ਲਾਵਾਰਿਸ ਹਾਲਤ ਵਿੱਚ ਮਿਲੀ ਹੈ। ਇਹਨਾਂ ਬਾਰੇ ਇਤਲਾਹ ਨਰਿੰਦਰ ਕੁਮਾਰ ਪ੍ਰਿੰਸ ਨੇ ਬਾਲ ਭਲਾਈ ਕਮੇਟੀ ਦੇ ਮੈਂਬਰ ਗਗਨਦੀਪ ਸਿੰਘ ਗੁਰਾਏ ਨੂੰ ਦਿੱਤੀ, ਜਿਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੇ ਮੈਂਬਰ ਘਟਨਾ ਵਾਲੀ ਥਾਂ 'ਤੇ ਪਹੁੰਚੇ। ਐਡਵੋਕੇਟ ਨੇ ਦੱਸਿਆ ਕਿ ਜਦੋਂ ਬੱਚਿਆਂ ਦੀ ਕਾਉਂਸਲਿੰਗ ਕੀਤੀ ਗਈ ਤਾਂ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੀ ਮਾਂ ਉਹਨਾਂ ਨੂੰ ਛੱਡ ਕੇ ਚਲੇ ਗਈ ਹੈ ਅਤੇ ਪਿਤਾ ਸ਼ਰਾਬ ਪੀ ਕੇ ਉਹਨਾਂ ਦੀ ਕੁੱਟਮਾਰ ਕਰਦਾ। ਉਹਨਾਂ ਦੱਸਿਆ ਕਿ ਬੱਚੇ ਆਪਣੇ ਪਿਤਾ ਨੂੰ ਗੁਰਦੁਆਰਾ ਸਾਹਿਬ ਜਾਂ ਹੋਰ ਕਿਤੋਂ ਲੰਗਰ ਲਿਆ ਕੇ ਖਵਾਉਂਦੇ ਅਤੇ ਖੁਦ ਵੀ ਖਾਂਦੇ ਨੇ। ਦੱਸਿਆ ਕਿ ਬੱਚਿਆਂ ਨੂੰ ਕੋਈ ਇੱਥੇ ਛੱਡ ਗਿਆ ਸੀ ਅਤੇ ਬੱਚੇ ਬਹੁਤ ਰੋ ਰਹੇ ਸਨ, ਜਿਨ੍ਹਾਂ ਦੀ ਹਾਲਤ ਦੱਸਯੋਗ ਸੀ। ਸਾਡੇ ਇੱਥੋਂ ਦੇ ਮਿਊਂਸੀਪਲ ਕੌਂਸਲਰ ਨਰਿੰਦਰ ਕੁਮਾਰ ਪ੍ਰਿੰਸ ਜੀ ਦਾ ਫੋਨ ਆਇਆ ਕਿ ਦੋ ਛੋਟੀਆਂ ਬੱਚੀਆਂ
ਸਰਹੰਦ ਮੰਡੀ ਜਿਹੜਾ ਸ਼ਮਸ਼ਾਨ ਘਾਟ ਆ ਉਹਦੇ ਨੇੜੇ ਜਿਹੜਾ ਕ੍ਰਿਸ਼ਨਾ ਗਊਸ਼ਾਲਾ ਉਹਦੇ ਨੇੜੇ ਕਿਤੇ ਲਵਾਰਸ ਹਾਲਤ ਦੇ ਵਿੱਚ ਕੋਈ ਛੱਡ ਕੇ ਚਲ ਗਿਆ ਸੀ ਤਾਂ ਸਾਡੀ ਸਾਰੀ ਟੀਮ ਇੱਥੇ ਪੁੱਜੀ ਆ ਕੇ ਦੇਖਿਆ ਛੋਟੀ ਬੱਚੀਆਂ ਦੀ ਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਬੱਚੀਆਂ ਦੇ ਨਾਂ ਹੈਗੇ ਨੇ ਲਕਸ਼ਮੀ ਅਤੇ ਰਾਣੀ 4 ਅਤੇ 6 ਸਾਲ ਬੱਚੀਆਂ ਦੀ ਉਮਰ ਹੈ ਅਤੇ ਤਾਂ ਕਰਕੇ ਪਤਾ ਕਰਿਆ ਗਿਆ ਸਾਰਾ ਕੋਈ ਬੱਚਿਆਂ ਦੇ ਆਲੇ ਦੁਆਲੇ ਉਹਨਾਂ ਬਾਰੇ ਇਨਕੁਆਇਰੀ ਕਰਾਈ ਕਿ ਵੀ ਕੋਈ ਕੋਈ ਉਹਨਾਂ ਨੂੰ ਲਵਾਰਸ ਹਾਲਤ ਹਾਲਤ ਵੀ ਛੱਡ ਗਿਆ ਤਾਂ ਪਤਾ ਲੱਗਿਆ ਬੱਚੀਆਂ ਨੇ ਦੱਸਿਆ ਕਿ ਸਾਨੂੰ ਇੱਥੇ ਕੋਈ ਸਾਡਾ ਫਾਦਰ ਦਾ ਕੋਈ ਦੋਸਤ ਆ ਕੇ ਕੁਛ ਕੁਟਮਾਰ ਕਰੀ ਉਹਨਾਂ ਨੇ ਆ ਕੇ ਸਾਨੂੰ ਛੱਡ ਕੇ ਲਵਾਰਸ ਹਾਲਤ ਦੇ ਵਿੱਚ ਕੁਛ ਤਾਂ ਇੱਥੋਂ ਦੇ ਜਿਹੜੇ ਮੇਨ ਮੈਨੇਜਰ ਸੀ ਗਊਸ਼ਾਲਾ ਦੇ ਸਿੰਘੀ ਸਾਹਿਬ ਉਹਨਾਂ ਨੇ ਆ ਕੇ ਬੱਚਿਆਂ ਨੂੰ ਖਵਾਇਆ ਪਿਆਇਆ ਦੁਪਹਿਰ ਦਾ ਅਤੇ ਫਿਰ ਆ ਕੇ ਇਨਫੋਰਮ ਕੀਤਾ ਅਤੇ ਆ ਕੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਬੱਚਿਆਂ ਦਾ ਦੋਸਤ ਵੱਡਾ ਭਰਾ ਸੀ ਅੰਸ਼ੂ ਉਹ ਵੀ ਪਾਰਕ ਦੇ ਵਿੱਚ ਕੁਦਰਤੀ ਮਿਲ ਗਿਆ ਬੱਚਿਆਂ ਨੂੰ ਸਾਨੂੰ ਅਤੇ ਹੁਣ ਅੱਜ ਅਸੀਂ ਬੱਚਿਆਂ ਦੀ ਸਾਰੀ ਕਾਉਂਸਲਿੰਗ ਕਰਕੇ ਜੋ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਪੁਲਿਸ ਨੂੰ ਇਨਫੋਰਮ ਕਰਤਾ ਸੀ ਅੱਜ ਦੀ ਰਾਤ ਬੱਚਿਆਂ ਨੂੰ ਸਖੀ ਵਨ ਸਟੋਪ ਸੈਂਟਰ ਦੇ ਵਿੱਚ ਰੱਖਾਂਗੇ ਅਤੇ ਕੱਲ੍ਹ ਨੂੰ ਫਿਰ ਦੇਖ ਕੇ ਬੱਚਿਆਂ ਨੂੰ ਅਸੀਂ ਕਿਸੇ ਚੰਗੇ ਹੋਮ ਦੇ ਵਿੱਚ ਜਿੱਥੇ ਉਹਨਾਂ ਦੀ ਚੰਗੀ ਪਰਵਰਿਸ਼ ਹੋ ਸਕੇ ਉੱਥੇ ਕੱਲ੍ਹ ਨੂੰ ਭੇਜਾਂਗੇ। ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾਉਣ ਤੋਂ ਬਾਅਦ ਜਲੰਧਰ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਲੰਧਰ ਦੇ ADC ਅਮਿਤ ਮਹਾਜਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਦੀਆਂ ਦਿੱਤੀਆਂ ਜਾ ਰਹੀਆਂ ਸਾਰੀਆਂ ਹੀ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ। ਉਹਨੇ ਕਿਹਾ ਕਿ ਸਰਕਾਰ ਵੱਲੋਂ ਗਰੀਬ ਲੋਕਾਂ ਨਾਲ ਧੋਖਾ ਕੀਤਾ ਗਿਆ। ਅੱਜ ਮਹਿੰਗਾਈ ਜੋ ਪੰਜਾਬ ਸਰਕਾਰ ਨੇ ਸਾਡੇ 'ਤੇ ਭਾਰੀ ਬੋਝ ਪਾ ਦਿੱਤਾ, ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਔਰ 3 ਰੁਪਏ ਯੂਨਿਟ ਜਿਹੜਾ ਆ ਉਹ ਜਿਹੜਾ ਆ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ। ਹੋਰ ਮਹਿੰਗਾਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ। ਸੋ ਅੱਜ ਅਸੀਂ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਸਾਡੇ ਦਿਹਾਤ ਦੇ ਪ੍ਰਧਾਨ ਨੇ, ਰਜਿੰਦਰ ਬੇਰੀ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਅੰਦਰ ਅੱਜ ਜ਼ਿਲ੍ਹੇ ਵੱਲੋਂ ਪ੍ਰੋਟੈਸਟ ਕਰਕੇ ADC ਸਾਹਿਬ ਨੂੰ ਮੈਮੋਰੈਂਡਮ ਦਿੱਤਾ ਗਿਆ ਕਿ ਇਹ ਜਿਹੜਾ ਸਰਕਾਰ ਨੇ ਸਾਡੇ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਰੱਦ ਕੀਤਾ ਇਹ ਮੰਦਭਾਗੀ ਗੱਲ ਹੈ ਔਰ ਹੋਰ ਕੀਮਤਾਂ ਵਧਾ ਕੇ ਜਿਹੜਾ ਲੋਕਾਂ ਦੇ ਉੱਤੇ ਬੋਝ ਪਾਇਆ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਡੇ ਨਾਲ ਔਰ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ। ਦਸੂਹਾ ਸ਼ਹਿਰ ਦੇ ਸਭ ਤੋਂ ਵਿਅਸਤ ਦਸੂਹਾ ਮਿਆਣੀ ਫਲਾਈਓਵਰ ਤੇ ਦਿਨ ਦਿਹਾੜੇ ਇੱਕ ਕਾਰ ਸਵਾਰ ਨੌਜਵਾਨ ਹੁੱਲੜਬਾਜ਼ੀ ਕਰਦੇ ਦੇਖੇ ਗਏ ਸੀ, ਜਿਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਸੂਹਾ ਪੁਲਿਸ ਨੇ ਮਹਿਜ਼ 48 ਘੰਟਿਆਂ ਦੇ ਅੰਦਰ ਕਾਰ ਨੂੰ ਹਿਮਾਚਲ ਤੋਂ ਕਬਜ਼ੇ 'ਚ ਲਿਆ। ਇਸ ਮਾਮਲੇ 'ਚ ਪੁਲਿਸ ਦੀ ਗੱਡੀ ਵਿੱਚ ਸਵਾਰ ਨੌਜਵਾਨਾਂ ਤੇ ਪੁਲਿਸ ਕਾਰਵਾਈ ਕਰਨ ਵਿੱਚ ਜੁਟੀ ਹੋਈ ਹੈ। ਜੇ ਪੁਲਿਸ ਦੀ ਮੰਨੀਏ ਤਾਂ ਕਾਰ ਸਵਾਰ 2 ਨੌਜਵਾਨਾਂ ਨੂੰ ਰਾਊਂਡ ਅਪ ਕੀਤਾ ਜਾ ਚੁੱਕਿਆ, ਉੱਥੇ ਗੱਡੀ ਸਵਾਰ 'ਤੇ ਵੀ ਕਾਰਵਾਈ ਕੀਤੀ ਜਾਏਗੀ, ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਦਾ ਨੰਬਰ ਟਰੇਸ ਕਰ ਹਿਮਾਚਲ ਤੋਂ ਕਾਰ ਨੂੰ ਕਬਜ਼ੇ 'ਚ ਲਿਆ ਤੇ ਕਾਰ ਸਵਾਰ ਨੌਜਵਾਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਨਸਾ ਵਿਖੇ SSP ਮਾਨਸਾ IPS ਭਾਗੀਰਥ ਸਿੰਘ ਮੀਨਾ ਵੱਲੋਂ ਸ਼ਹਿਰ ਵਿੱਚ ਮਹੱਤਵਪੂਰਨ ਥਾਵਾਂ, ਬਾਜ਼ਾਰ ਤੇ ਹੋਰ ਭੀੜ ਭਾੜ ਵਾਲੇ ਥਾਵਾਂ ਤੇ ਨਾਗਰਿਕਾਂ ਦੀ ਸੁਰੱਖਿਆ ਲਈ 24 ਘੰਟੇ ਪੈਟਰੋਲਿੰਗ ਗਸ਼ਤ ਕਰਨ ਲਈ PCR ਮੋਟਰਸਾਈਕਲਾਂ ਤੇ ਲੋੜੀਂਦੀ ਫੋਰਸ ਲਗਾ ਕੇ ਗਸ਼ਤ ਨੂੰ ਵਧਾਉਣ ਲਈ ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। SSP ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਜੂਦਾ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਬਾਜ਼ਾਰ, ਰੇਲਵੇ ਸਟੇਸ਼ਨ ਤੇ ਜਨਤਕ ਥਾਵਾਂ ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਮਾਨਸਾ
ਮਾਨਸਾ ਵਿੱਚ 10 PCR ਮੋਟਰਸਾਈਕਲ ਪਾਰਟੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਅੱਜ ਜੋ ਪੂਰੇ ਡਿਸਟ੍ਰਿਕਟ ਦੇ ਵਿੱਚ 10 PCR ਮੋਟਰਸਾਈਕਲਾਂ ਨੂੰ ਅਸੀਂ ਵਿਦ ਫੁੱਲ ਫੋਰਸ ਕੇ ਸਾਥ ਅਸੀਂ ਰਵਾਨਾ ਕੀਤਾ ਹੈਗਾ। 3 ਸਿਟੀ 1 ਮਾਨਸਾ, 3 ਸਿਟੀ 2 ਮਾਨਸਾ, 2 ਸਿਟੀ ਬੁਢਲਾਡਾ, 1 ਭਿੱਖੀ ਔਰ 1 ਸਰਦੂਲਗੜ੍ਹ। ਟੋਟਲ 10 PCR ਹੈਗੀ, ਜਿਨ੍ਹਾਂ ਦੇ ਉੱਪਰ ਟੋਟਲ ਅਸੀਂ 45 ਬੰਦੇ ਡਿਪਿਊਟ ਕੀਤੇ ਹੈਗੇ, ਤਾਂ ਕਿ ਦਿਨ ਰਾਤ ਜੋ ਸ਼ਹਿਰੀ ਇਲਾਕਾ ਹੈਗਾ, ਭੀੜਭਾੜ ਵਾਲਾ ਏਰੀਆ ਹੈਗਾ, ਉੱਥੇ ਇਹ ਪੈਟਰੋਲਿੰਗ ਰਾਹੀਂ ਪੂਰਾ ਜੋ ਚੋਰ ਵਗੈਰਾ ਹੈਗੇ ਰਾਤ ਮੇਂ ਜੋ ਐਸੇ ਘੁੰਮਤੇ ਰਹਿਤੇ ਹੈ, ਉਨਕੇ ਉੱਪਰ ਆਪਣੀ ਨਕੇਲ ਕਰ ਸਕੇ ਔਰ ਸਿਟੀ ਨੂੰ ਇੱਕ ਬਿਲਕੁਲ ਪੀਸਫੁਲ ਔਰ ਬਿਲਕੁਲ ਚੋਰ ਫਰੀ ਏਰੀਆ ਬਣਾਉਣੇ ਮੇਂ ਅਸੀਂ ਕਾਮਯਾਬ ਹੋਏਂਗੇ। ਮਨੁੱਖ ਨੇ ਵਿਗਿਆਨਿਕ ਸੋਚ ਅਤੇ ਵਿਗਿਆਨ ਦੀਆਂ ਕਾਢਾਂ ਦੇ ਆਧਾਰ 'ਤੇ ਬਹੁਤ ਤਰੱਕੀ ਕੀਤੀ। ਇਸੇ ਸੋਚ ਨੂੰ ਅੱਗੇ ਲਿਜਾਣ ਦੇ ਮੰਤਵ ਨਾਲ ਮਾਨਸਾ ਦੇ ਇੱਕ ਨਿੱਜੀ ਸਕੂਲ ਵਿਖੇ 9 ਤੋਂ 11 ਅਕਤੂਬਰ ਤੱਕ ਸਾਇੰਸ ਮੇਲਾ ਲਗਾਇਆ ਜਾ ਰਿਹਾ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਾਇੰਸ ਮੇਲਾ 2024 ਦਾ ਲੋਗੋ ਜਾਰੀ ਕਰਨ ਮੌਕੇ ਇਸ ਦਾ ਐਲਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਰਮਲ ਉਸਪੇਸ਼ਨ ਅਤੇ SDM ਸਰਦੂਲਗੜ੍ਹ ਨਿਤਿਸ਼ ਕੁਮਾਰ ਜੈਨ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਸਾਇੰਸ ਮੇਲੇ ਵਿੱਚ ਸਾਇੰਸ ਮਾਡਲ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਦੀਆਂ ਵਿਗਿਆਨਿਕ ਸਮਰਥਾਵਾਂ ਦਾ ਵਿਕਾਸ ਹੋਏਗਾ, ਉੱਥੇ ਹੀ ਉਹਨਾਂ ਦੀ ਸਾਇੰਸ ਵਿੱਚ ਰੁਚੀ ਵੀ ਵਧੇਗੀ। ਅੱਜ ਅਸੀਂ ਸਾਇੰਸ ਫੇਅਰ 2024 ਜਿਹੜਾ ਮਾਨਸਾ ਦੇ ਵਿੱਚ ਲੱਗਣਾ ਉਹਦਾ ਲੋਗੋ ਜਾਰੀ ਕੀਤਾ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਮਨੁੱਖ ਨੇ ਹੁਣ ਤੱਕ ਦੀ ਤਰੱਕੀ ਜੋ ਕੀਤੀ ਆ ਉਹ ਸਾਇੰਟਿਫਿਕ ਸੋਚ ਦੇ ਆਧਾਰ 'ਤੇ ਕੀਤੀ ਆ, ਸਾਇੰਸ ਦੀਆਂ ਕਾਢਾਂ ਨੇ ਜਿਹੜੀਆਂ ਖੋਜਾਂ ਨੇ ਜਿਹੜੀਆਂ ਉਹਨਾਂ ਦੇ ਆਧਾਰ 'ਤੇ ਕੀਤੀ ਹੈ। ਤਾਂ ਇਸੇ ਸੋਚ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਇੱਥੇ ਜਿਹੜਾ ਸੇਂਟ ਜੇਵੀਅਰ ਸਕੂਲ ਹੈਗਾ ਉਹਦੇ ਵਿੱਚ 9 ਤੋਂ 11 ਅਕਤੂਬਰ ਤੱਕ ਇੱਕ ਸਾਇੰਸ ਫੇਅਰ ਲੱਗੇਗਾ, ਜਿਹਦੇ ਵਿੱਚ ਸਾਇੰਸ ਵਾਲੇ ਬੱਚੇ ਭਾਗ ਲੈਣਗੇ ਔਰ ਉਹ ਆਪਣੇ ਮਾਡਲਸ ਐਗਜੀਬਿਸ਼ਨ, ਤਾਂ ਕਿ ਉਹਨਾਂ ਦੀਆਂ ਜਿਹੜੀਆਂ ਸਾਇੰਸ ਵਾਲੀਆਂ ਸਮਰੱਥਾਵਾਂ ਨੇ, ਸਾਇੰਸ ਵਾਲੀਆਂ ਫੈਕਲਟੀਜ਼ ਨੇ, ਉਹ ਡਿਵੈਲਪ ਹੋ ਸਕਣ ਅਤੇ ਅੱਗੇ ਤੋਂ ਜਿਹੜਾ ਸਾਇੰਟਿਫਿਕ ਟੈਂਪਰਾਮੈਂਟ ਆ ਉਹਨਾਂ ਦੇ ਵਿੱਚ, ਸਾਇੰਸ ਪ੍ਰਤੀ ਰੁਚੀ ਆ ਹੋਰ ਬੱਚਿਆਂ ਦੇ ਵਿੱਚ, ਉਹ ਵੱਧ ਸਕੇ, ਉਹਦੇ ਲਈ ਇੱਕ ਲੋਗੋ ਜਾਰੀ ਕੀਤਾ। ਮੈਂ ਤੁਹਾਡੇ ਮਾਧਿਅਮ ਰਾਹੀਂ ਬੱਚਿਆਂ ਨੂੰ ਅਪੀਲ ਕਰਦਾ ਕਿ ਇਸ ਕੰਪੀਟੀਸ਼ਨ ਦੇ ਵਿੱਚ, ਇਸ ਐਗਜੀਬਿਸ਼ਨ ਦੇ ਵਿੱਚ, ਇਸ ਫੇਅਰ ਦੇ ਵਿੱਚ ਹੁੰਮ ਹੁਮਾ ਕੇ ਆਉਣ, ਤਾਂ ਕਿ ਆਪਾਂ ਸਾਇੰਸ ਦਾ ਹੋਰ ਪਸਾਰਾ ਕਰ ਸਕੀਏ। ਚੰਗਰ ਦੇ ਪਿੰਡ ਦਬੂੜ ਦੇ ਜੰਮਪਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਟਿੱਬੀਆਂ ਦੇ ਵਸਨੀਕ ਸ੍ਰੀ ਕੀਰਤਪੁਰ ਸਾਹਿਬ ਦੇ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਧਿਆਪਕ ਅਵਾਰਡ ਨਾਲ ਅਧਿਆਪਕ ਦਿਵਸ ਦੇ ਮੌਕੇ 'ਤੇ ਸਨਮਾਨਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਉਹਨਾਂ ਦਾ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਵਿਖੇ ਪਹੁੰਚਣ 'ਤੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੈਂਡ ਦੇ ਧੁਨਾਂ ਰਾਹੀਂ ਗੇਟ ਤੋਂ ਪ੍ਰਿੰਸੀਪਲ ਸ਼ਰਨਜੀਤ ਸਿੰਘ ਰਾਣਾ ਨੂੰ ਬੜੇ ਹੀ ਸਤਿਕਾਰ ਸਹਿਤ ਸਕੂਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ।
ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।